ਆਪ ਵੀ ਮੁਸਕਰਾਏ। ਫਰਮਾਇਆ ਨੂੰ ਨੇੜੇ ਘੱਲੋ। ਜਦੋਂ ਨੇੜੇ ਆਇਆ ਤੇ ਮੁੰਡਾ ਰੋਵੇ ਪਿਆ। ਆਪ ਨੇ ਸਮਝਿਆ ਕਿ ਇਹ ਬੱਚਾ ਹੈ ਤੇ ਲੋਕ ਹੱਸੇ ਨੇ, ਘਬਰਾ ਗਿਆ। ਤੇ ਆਪ ਫਰਮਾਉਂਦੇ ਨੇ, ਲੋਕੋ ਖਮੋਸ਼ ਹੋ ਜਾਓ, ਬੱਚਾ ਘਬਰਾ ਗਏ। ਉਹ ਫੜ ਕੇ ਨਾ ਆਪਦਾ ਦਾਮਨ ਜੁੱਬੇ ਦਾ, ਕੁੜਤੇ ਦਾ, ਆਂਦਾ ਬਾਬਾ ਜੀ ਇਹਨਾਂ ਨੂੰ ਹੱਸਣ ਦਿਓ, ਮੈਂ ਇਹਨਾਂ ਵਾਸਤੇ ਨਹੀਂ ਰੋਇਆ, ਮੈਂ ਤੇ ਚਿੜੀਆਂ ਰਜ਼ਾਂ ਕਰਨ ਲੱਗਾ, ਉਹਨੇ ਮੇਰੇ ਅੱਖਾਂ ਚੋਂ ਆਂਸੂ ਆ ਗਏ, ਰੋਣ ਲੱਗ ਪਿਆ ਵਾਂ। ਆਪ ਨੇ ਫਰਮਾਇਆ, ਬੇਟਾ ਤੂੰ ਮੈਨੂੰ ਰੋਕਿਆ, ਮੈਂ ਰੁਕ ਗਿਆ ਵਾਂ, ਦੱਸ ਕਿਹੜੀ ਕਿਹੜੀ ਦੁਆ ਕਰਨ ਲੱਗੀ ਆ। ਇੰਨੀ ਗੱਲ ਹੋਈ ਤੇ ਬੱਚਾ ਫਿਰ ਰੋਣ ਲੱਗ ਪਿਆ। ਆਪ ਨੇ ਸੀਨੇ ਲਾਇਆ ਕਿ ਪੰਜਾਬੀ ਅਸੀਂ ਕਹਿੰਦੇ ਹੋਕੇ ਲੈਂਦਾ ਪਿਆ, ਹੋਕੇ ਲੈ ਕੇ ਆਂਦਾ ਬਾਬਾ ਮੈਂ ਯਤੀਮਾਂ, ਮੇਰੀ ਮਾਂ ਵੀ ਕੋਈ ਨਹੀਂ, ਮੇਰਾ ਬਾਪ ਵੀ ਕੋਈ ਨਹੀਂ, ਗੁਲਾਮੀ ਦੀ ਜ਼ਿੰਦਗੀ ਬਸਰ ਕਰਨਾ ਪਿਆ, ਧੱਕੇ ਦੌੜੇ ਖਾਣਾ ਪਿਆ, ਕਦੀ ਕੋਈ ਮੁੱਲ ਲੈ ਜਾਂਦਾ ਹੈ, ਕਦੀ ਕੋਈ ਮੁੱਲ ਲੈ ਜਾਂਦਾ ਹੈ, ਦੂਸਰੀ ਤੀਸਰੀ ਜਗ੍ਹਾ ਵਿਕਦਾ ਆਇਆ। ਬਾਬਾ ਕੋਈ ਨਹੀਂ ਪੈਸੇ ਦੇ ਕੇ ਆਜ਼ਾਦ ਕਰਨ ਵਾਲਾ, ਮਾਂ ਬਾਪ ਮੇਰੇ ਕੋਈ ਨਹੀਂ, ਅੱਜ ਦੁਆ ਕਰ ਦੇ ਹਜ਼ੂਰ ਦੀ ਮਹਿਫਲ ਅੰਦਰ, ਕਿੱਲਾ ਮੈਨੂੰ ਵੀ ਆਜ਼ਾਦੀ ਨਸੀਬ ਫਰਮਾ ਦੇ। ਇੰਨੀ ਗੱਲ ਕੀਤੀ ਨਾ, ਲੋਕਾਂ ਤੇ ਵੀ ਅਸਰ ਹੋਇਆ, ਜਿਵੇਂ ਬਿਆਨ ਕਰੀਏ ਅਸਰ ਹੋ ਜਾਣਾ, ਤੇ ਉਦੋਂ ਤੇ ਵਾਕਿਆ ਹੋ ਰਿਹਾ ਸੀ। ਹਜ਼ਰਤ ਸਾਹਿਬ ਨੇ ਸੀਨੇ ਲਾਇਆ, ਫਿਰ ਸਿਰ ਤੇ ਹੱਥ ਰੱਖਾ, ਮੱਥਾ ਚੁੰਮਿਆ, ਲੋਕਾਂ ਨੇ ਪਿਆਰ ਕੀਤਾ, ਕਰਨੇ ਆ ਇੰਤਜ਼ਾਮ ਹੋ ਜਾਏਗਾ, ਨਾ ਘਬਰਾ। ਉਸੇ ਮੁਹੱਬਤ ਅੰਦਰ ਦੁਆ ਕੀਤੀ ਗਈ, ਬਹੁਤ ਭੁੱਖ ਲੱਗ, ਬਹੁਤ ਸ਼ਾਰਟ ਪਿਆ ਕਰਨਾ, ਟਾਈਮ ਬਚਾਉਣਾ ਪਿਆ। ਮੁਸਲਮਾਨੋ ਹੋਇਆ ਕੀ, ਦੁਆ ਕੀਤੀ ਗਈ, ਲੋਕਾਂ ਨੇ ਅਮੀਨ ਆਖਿਆ। ਆਪਨੇ ਫਰਮਾਇਆ, ਬੇਟਾ ਤੇਰੀ ਦੂਜੀ ਦੁਆ ਕੀ ਹੈ? ਆਂਦਾ ਜੀ ਦੂਜੀ ਦੁਆ ਏ, ਹੁਣ ਮੈਂ ਯਹੂਦੀ ਦੇ ਕੋਲ ਆ, ਕੋਈ ਹੈ ਤੇ ਯਹੂਦੀ ਇਹਦੇ ਇਨਸਾਨ ਉਹਦੇ ਚਿੱਤ ਹੱਛੀਆਂ ਆਤੀਆਂ ਨੇ, ਮੈਨੂੰ ਜ਼ਿਆਦਾ ਤੰਗ ਨਹੀਂ ਕਰਦਾ, ਮਾਰਦਾ ਨਹੀਂ, ਜ਼ਿਆਦਾ ਕੰਮ ਵੀ ਨਹੀਂ ਲੈਂਦਾ, ਆਪਣੇ ਬੱਚਿਆਂ ਨੂੰ ਖਿਆਲ ਵੀ ਕਰਦਾ ਹੈ, ਸਿਰਫ ਫਰਕ ਇਹਨਾਂ ਹੈ ਉਹ ਯਹੂਦੀ ਹੈ, ਮੈਂ ਹਜ਼ੂਰ ਦਾ ਦੀਵਾਨਾ ਵਾਂ। ਇਹ ਬਾਬਾ ਮਾਪੇ ਮੇਰੇ ਕੋਈ ਨਹੀਂ, ਕਿੱਧਰ ਜਾਵਾਂਗਾ, ਅੱਜ ਦੁਆ ਕਰਦੇ ਅੱਲਾ ਮੇਰੇ ਮਾਲਕ ਨੂੰ ਵੀ ਮਦੀਨੇ ਵਾਲੇ ਦਾ ਗੁਲਾਮ ਬਣਾਵੇ। ਫਿਰ ਦੁਆਨ ਕੀਤੀ, ਲੋਕਾਂ ਮੀਨ ਆਖਿਆ, ਲੋਕ ਤਵੱਜੋ ਨਾਲ ਸੁਣ ਲਓ, ਕੀ ਮੋਸੇ ਬਾਲੀ ਦੇ ਉਸਤੇ ਆਉਣ ਵਾਲੇ ਹੋ, ਹੋ ਨਬੀ ਪਾਕ ਦੇ ਉਤੇ ਦੀਵਾਨੇ ਉਤੇ ਆਸ਼ਕੋ, ਅੱਜ ਇਸ਼ਕ ਦੀ ਬਾਤ ਹੋ ਰਹੀ ਹੈ, ਇਸ਼ਕ ਵਾਲਿਆਂ ਦਾ ਉਰਸੇ। ਉਹ ਤੀਸਰੀ ਦੁਆ ਜਦੋਂ ਬੱਚੇ ਨੇ ਦੱਸੀ, ਮੈਂ ਕਿਤਾਬ 'ਚ ਪੜ੍ਹਿਆ, ਲੋਕਾਂ ਦੀਆਂ ਚੀਖਾਂ ਨਿਕਲ ਗਈਆਂ, ਮੈਦਾਨਾ ਕਫੀਅਤ ਹੋ ਗਈ, ਰਿਕਤਦਾਰੀ ਹੋ ਗਈ, ਲੋਕ ਰੋਣ ਲੱਗ ਪਏ, ਯਾਰ ਸੁਣ ਅੱਲਾ ਦੀ ਆਵਾਜ਼ ਬੁਲੰਦ ਹੋ ਗਏ, ਗਿਰੇ ਬਾਨ ਚਾ ਕਰ ਲਏ। ਜਦੋਂ ਬੱਚੇ ਨੇ ਹੱਥ ਜੋੜ ਅਰਜ਼ ਕੀਤੀ, ਬਾਬਾ ਹੋਰ ਕੋਈ ਖਾਸ ਨਹੀਂ, ਬਸ ਇੱਕ ਹੀ ਆਰਜ਼ੂ ਹੈ, ਉਹ ਅੱਜ ਤੀ ਦੁਆ ਕਰ ਲੈ ਬੇਟਾ। ਕਿਹੜੀ? ਫਰਮਾਇਆ, ਓਨਾ ਚਿਰ ਮੌਤ ਨਾ ਆਏ ਜਿੰਨਾ ਚਿਰ ਹਜ਼ੂਰ ਦੀ ਜ਼ਿਆਰਤ ਨਾ ਹੋ ਜਾਏ। ਉੱਚਾ ਬੋਲੋ, ਨਾਰਾਏ ਤਕਬੀਰ, ਨਾਰਾਏ ਰਿਸਾਲ, ਨਾਰਾਏ ਤਹਕੀਕ, ਫੈਜ਼ਾਨੇ ਹਜ਼ੂਰ ਮੁਹੱਦਿਸ ਅਬਦਾਲਵੀ। ਉਹਨਾਂ ਚਿਰ ਮੌਤ ਨਾ ਆਏ ਜਿੰਨਾ ਚਿਰ ਹਜ਼ੂਰ ਦੀ ਜ਼ਿਆਰਤ ਨਾ ਹੋ ਜਾਏ। ਲੋਕਾਂ ਦੀਆਂ ਚੀਖਾਂ ਨਿਕਲ ਗਈਆਂ, ਫੈਜ਼ਾਨਾ ਕਫੀਅਤ ਹੋ ਗਈ, ਹਜ਼ਰਤ ਸਾਹਿਬ ਮਿੰਬਰ ਛੋੜ ਕੇ ਉਹ ਬੱਚੇ ਦੀਆਂ ਕਦਮਾਂ 'ਚ ਡਿੱਗ ਕੇ ਰੋਂਦੇ ਨੇ ਪਏ। ਮੁਖਤਸਰ ਦੁਆ ਕੀਤੀ ਗਈ, ਨਾ ਕੋਲ ਸੌਦਾ ਤੇ ਨਾ ਪੈਸੇ, ਘਰ ਗਿਆ। ਉਹਨੇ ਆਖਿਆ ਕੀ ਹੋਇਆ, ਇੰਨੀ ਦੇਰ ਕੀਤੀ ਆ, ਪੈਸੇ ਵੀ ਕੋਈ ਨਹੀਂ, ਸੌਦਾ ਵੀ ਕੋਈ ਨਹੀਂ, ਤੇ ਕੀ ਕਰਦਾ ਵਿਆਹ, ਤੂੰ ਤਾਂ ਇੱਦਾਂ ਕਿੰਜ ਨਹੀਂ ਕੀਤਾ। ਉਹ ਆਂਦਾ ਮੈਂ ਸਾਰੀ ਗੱਲ ਸੁਣਾ ਦਿੱਤੀ, ਮੈਂ ਕਿਹਾ ਮੈਂ ਤੇ ਦੁਆਵਾਂ ਕਰਾ ਕੇ ਆਇਆ। ਉਹਨੇ ਕੋਲ ਬਿਠਾ ਲਿਆ, ਉਹਨੇ ਕਿਹੜੀ ਦੁਆ ਕਰਾਈ ਆ? ਉਹਨੇ ਆਖਿਆ ਪਹਿਲੀ ਆਪਣੇ ਵਾਸਤੇ ਕਰਾਈ, ਕਿੱਲਾ ਮੈਨੂੰ ਆਜ਼ਾਦੀ ਨਸੀਬ ਫਰਮਾਏ। ਉਹ ਆਂਦਾ ਮੈਂ ਗੱਲ ਕੀਤੀ, ਮੇਰਾ ਮਾਲਕ ਕਹਿੰਦਾ ਜਾ, ਮੈਂ ਤੈਨੂੰ ਹੁਣੇ ਆਜ਼ਾਦ ਕੀਤਾ, ਇੱਥੇ ਰਹਿਣਾ ਜਿਹਦੇ ਜਾਣਾ, ਪਰ ਦੂਜੀਆਂ ਦੋ ਦੁਆਵਾਂ ਦੱਸ ਕੇ ਜਾਣਾ, ਦੂਜੀਆਂ ਦੋ। ਉਹ ਆਂਦਾ ਮਾਲਕਾ ਦੂਜੀ ਦੁਆ ਮੈਂ ਤੇਰੇ ਵਾਸਤੇ ਕਰਾਈ ਹੈ, ਪਤਾ ਨਹੀਂ ਮਾਰਨੀ ਕਿ ਝਿੜਕਣੀ, ਕਿ ਰਾਜ਼ੀ ਹੋਣੀ ਕਿ ਫਿਰ ਗੁਲਾਮ ਬਣਾਉਣੀ। ਉਹਨੇ ਕੋ ਫਿਕਰ ਨਾ ਕਰ, ਖੁੱਲ ਕੇ ਬਿਆਨ ਕਰ, ਮੈਂ ਤੇਰੇ ਨਾਲ ਵਾਅਦਾ ਕਰਨਾ, ਤੂੰ ਆਜ਼ਾਦ ਹੈ, ਇੱਥੇ ਰਹਿਣੀ ਜਿੱਥੇ ਰਹਿਣੀ ਤੇਰੀ ਮਰਜ਼ੀ ਹੋਵੇਗੀ, ਮੈਂ ਤੈਨੂੰ ਸਾਰੇ ਹੱਕੂਕ ਮਾਫ਼ ਕਰਨਾ, ਖੁੱਲ ਕੇ ਕਰ। ਆਂਦਾ ਮੈਂ ਦੁਆ ਤੁਹਾਡੇ ਵਾਸਤੇ ਕਰਾਈ ਹੈ, ਅੱਲਾ ਤੁਹਾਨੂੰ ਈਮਾਨ ਨਸੀਬ ਫਰਮਾਏ। ਕਿਤਾਬ 'ਚ ਮੌਜੂਦ ਹੈ, ਬੱਚਾ ਆਂਦਾ ਹੈ ਮੈਨੂੰ ਰੱਬ ਦੀ ਇੱਜ਼ਤ ਦੀ ਕਸਮੇ, ਮੈਂ ਗੱਲ ਪਿਆ ਕਰਦਾ ਸਾਂ, ਮੇਰਾ ਮਾਲਕ ਕਲਮਾ ਤਈਬਾ ਪਿਆ ਪੜਦਾ ਸੀ। ਉਹ ਆਂਦਾ ਮੇਰਾ ਇਮਾਨ ਤੇ ਅਕੀਦਾ ਸੀ, ਇਹ ਦੁਆਵਾਂ ਕਬੂਲ ਹੋਣੀਆਂ ਨੇ,
ਜਦੋਂ ਦੂਹ ਤੇ ਦੇਰ ਨਾ ਲੱਗੀ ਤੇ ਦਿਲ ਆਂਦਾ ਤੀਸਰੀ ਵੀ ਅੱਜ ਹੀ ਹੋਣੀ ਹੈ, ਤੀਸਰੀ ਵੀ ਲਜਪਾਲੀ ਦੀ ਗੱਲ ਪਿਆ ਕਰਨਾ, ਤੀਸਰੀ ਵੀ ਅੱਜ ਹੋਣੀ ਹੈ। ਆਪਣੇ ਮਾਲਕ ਨੂੰ ਆਂਦਾ ਹੈ ਜਿਹੜਾ ਗੁਲਾਮ ਹੋ ਮੁਸਲਮਾਨ ਹੋ ਗਿਆ, ਆਂਦਾ ਅੱਜ ਸੋਣਾ ਨਹੀਂ, ਅੱਜ ਸੋਣਾ ਨਹੀਂ। ਉਹਨੇ ਯਕੀਨ ਤੋਂ ਸਦਕੇ ਜਾਈਏ, ਉਹਨਾਂ ਦੀ ਅਕੀਦੇ ਤੇ ਸਦਕੇ ਜਾਈਏ, ਇਸ ਉਮੀਦ ਤੇ ਬੈਠ ਅੱਜ ਸੋਣਾ ਨਹੀਂ। ਮਾਲਕਾ ਮੇਰਾ ਦਿਲ ਕਰਦਾ ਹੈ, ਮੇਰੇ ਆਕਾ ਨਾਲ ਵੱਡਾ ਲਜਪਾਲ ਕੋਈ ਨਹੀਂ, ਤੀਸਰੀ ਦੁਆ ਵੀ ਇੰਜੀ ਕਬੂਲ ਹੋਣੀ ਹੈ, ਕੋਈ ਨਹੀਂ ਦੇਰ ਲੱਗਣੀ, ਅੱਜ ਹੀ ਹੋਣੀ ਹੈ। ਤੇ ਬਾਰ ਬਾਰ ਸੂਰਜ ਵੱਲ ਵੇਂਦਾ ਹੈ, ਲੜੀ ਸ਼ਾਹ ਜੀ ਕੀਆ ਹੈ ਵਾਦਾ ਯਾਰ ਨੇ, ਆਊਂਗਾ ਤਿੰਦਲੇ ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਕੀਆ ਹੈ ਵਾਦਾ ਯਾਰ ਨੇ, ਆਊਂਗਾ ਤਿੰਦਲੇ ਕੀਆ ਹੈ ਵਾਦਾ ਯਾਰ ਨੇ, ਆਊਂਗਾ ਦਿਲਦਲੇ ਕੀਆ ਹੈ ਵਾਦਾ ਯਾਰ ਨੇ, 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 ਆਊਗਾ ਦਿਲ ਡਲੇ ਸੂਰਜ ਖੁਦਾ ਕੇ ਵਾਸਤੇ, ਸੂਰਜ ਖੁਦਾ ਕੇ ਵਾਸਤੇ ਹੋ ਜਾ ਤਲੇ, ਸੂਰਜ ਖੁਦਾ ਕੇ ਵਾਸਤੇ ਹੋ ਜਾ ਤਲੇ ਤਲੇ। ਸਾਰੀ ਦੁਨੀਆ ਆਰਾਮ ਨਾਲ ਸੁੱਤੀ ਹੋਈ ਹੈ, ਨਬੀ ਪਾਕ ਦੇ ਦੋ ਗੁਲਾਮ ਲਬਾ ਤੇ ਦਰੂਦੋ ਸਲਾਮ ਇਸ ਉਡੀਕ ਚ ਬੈਠੇ ਨੇ, ਸੋਹਣੇ ਨੇ ਹੁਣੇ ਆਉਣਾ ਹੈ, ਸਾਡੇ ਤੇ ਕਰਮ ਹੋਣਾ ਹੈ, ਤੀਸਰੀ ਦੁਆ ਵੀ ਅੱਜ ਕਬੂਲ ਹੋਣੀ ਹੈ। ਹਜ਼ੂਰ ਦੇ ਗੁਲਾਮ ਪੈ ਲੈ ਕੇ ਦਰੂਸੀ ਪੜ ਦੇਣੇ ਪਏ, ਹੁਣ ਸਾਰੇ ਪੜ ਲਿਆ ਜੇ। ਇਸ਼ਕ ਤੇਰਾ, ਇਸ਼ਕ ਤੇਰਾ ਰੋਗ ਦਿਲ ਨੂੰ ਲਾ ਗਿਆ, ਪੜ ਲੋ ਇਸ਼ਕ ਤੇਰਾ ਤੇਰਾ ਰੋਗ ਦਿਲ ਨੂੰ ਲਾ ਗਿਆ, ਇਸ਼ਕ ਤੇਰਾ, ਇਸ਼ਕ ਤੇਰਾ ਰੋਗ ਦਿਲ ਨੂੰ ਲਾ ਗਿਆ। ਆਵੀ ਜਾ ਮਾਹੀ ਮਦੀਨੇ ਵਾਲਿਆ, ਹਜ਼ੂਰ ਦੇ ਗੁਲਾਮ ਨੂੰ ਕਰ ਰਿਹਾ, ਆਵੀ ਜਾ ਮਾਹੀ ਮਦੀਨੇ ਵਾਲਿਆ, ਆਵੀ ਜਾ ਮਾਹੀ ਮਦੀਨੇ ਵਾਲਿਆ, ਆਵੀ ਜਾ ਮਾਹੀ ਮਦੀਨੇ ਵਾਲਿਆ, ਆਪ ਜਾ ਮਾਹੀ
مدینے والیا تھلے نہ مارے ماہی مدینے والا تو سامنے بیٹھا رہے دم نکلتا رہے ابھی جا ماہی مدینے لے آیا ابھی جا ماہی چیخ نکلی سونے رات ڈل گئی اجے کرم نہیں ہویا دیکھیا سجے بھی نہور دھبے بھی نہور بینی بینی خوشبو آ رہی ہے آواز آتی ہے اور روو نہیں اٹھو استقبال کرو جنوں ڈیک دے سویا آ گیا جے فریاد امتی جو کرے حال زار میں حال زار فریاد امتی جو کرے حال زار فریاد امتی جو کرے حال زار میں ممکن نہیں کہ خیر البشر کو خبر نہ ہو میں اس تھان کا بندہ نہیں سست غافل ہاں پر جڑے اس درجے دے بندے نے نا وہ ڈردے بھی کو نہیں وہ گل کر چھڑ دے وہ کر چھڑ دے ایک جگہ ایک بزرگ میں کہے انہیں کہا کی پوچھ رہے ہو تو پتا ہی نہیں میں کہا جناب کی ہے انہیں کیا کر کے آوی جا ماہی مدینے والیا آوی جا ماہی رات بھی ڈل گئی عمر بھی ڈل گئی میرے ڈل گئے اتھرو سارے ہنجر تنڈے وچ مدنی مایا میرے تن من پھر گئے آرے اڑتے مدنی ماہی آ جا موت وی واجا مارے آوی جا ماہی مدینے والیا آوی جا ماہی مدینے دو بری زور لا کے کہہ دیو آوی جا مدینے اینا مکن والی گلا نے مدثر ابدال دی رحمت اللہ علیہ دے اس شہادی دا شرف حاصل کرنا سی ویسے بھی ٹائم کافی ہو گیا ہے تے یہ تو نہ مکن والی گلا نے یہ تو میں ایک چھوٹا جہا پہلو بیان کیتا ہے اس آیت اندر تے کئی موضوع نے صحابہ تعظیم کیویں کیتی او ایک بڑے لمبے چوڑے موضوع نے تو بین الاقوامی شور یافتہ ماشاءاللہ سانو فخر انہاں تے اور پھر سعادت انہاں دی اے کہ حضور دی نعت پڑھ دے کیا بات ہاں اج میں چھیل چھبیلے نے انہاں نہیں کلام نو بھی سمجھ جی
ਕਈ ਨਾਤ ਨਹੀਂ ਪੜ੍ਹਦੇ, ਕੁਝ ਹੋਰ ਕਰਦੇ ਨੇ, ਉਹਨਾਂ ਨੂੰ ਮਾਤ ਦਾ ਕੋਈ ਨਹੀਂ। ਇੰਨੀ ਗੱਲ ਹੈ ਕਿ ਨਾਤ ਪੜ੍ਹਨ ਵਾਲਾ, ਨਾਤ ਸੁਣਨ ਵਾਲਾ, ਨਾਤ ਲਿਖਣ ਵਾਲਾ ਬੜਾ ਹੀ ਖੁਸ਼ ਨਸੀਬ ਹੁੰਦਾ। ਪਰ ਹੋਏ ਨਾਤ ਸਾਹਿਬ, ਸ਼ਾਇਰ ਹੋਵੇ, ਪੜ੍ਹਨ ਵਾਲਾ ਹੋਵੇ, ਸ਼ਾਹ ਜੀ ਨੂੰ ਅੱਲਾਹ ਪਾਕ ਨੇ ਇਹ ਤੌਫੀਕ ਅਤਾ ਫਰਮਾਈ ਹੈ ਕਿ ਗੌਰ ਕਰ ਲੈਂਦੇ ਨੇ ਮੈਂ ਕੀ ਪੜ੍ਹਨਾ ਅਤੇ ਕੀ ਨਹੀਂ ਪੜ੍ਹਨਾ। ਅਤੇ ਸਲੀਕਾ ਵੀ ਹੈ ਨਹੀਂ ਪੜ੍ਹਨ ਦਾ, ਅਤੇ ਮੈਂ ਹੀ ਐਲਾਨ ਕਰਦਾ ਸ਼ਾਹ ਜੀ ਦੀ ਖਿਦਮਤ ਚਰਨੇ ਤਸ਼ਰੀਫ ਲਿਆਉਣ ਅਤੇ ਨਾਚ ਹੀ ਸ਼ੁਰੂ ਕਰਨ, ਕਿਉਂਕਿ ਡੇਢ ਵਜੇ ਹੋਣ। ਅੱਲਾਹ ਪਾਕ ਸਭ ਦੀ ਹਾਲ ਹੀ ਕਬੂਲ ਫਰਮਾਏ।